ਅਸਲਾਮ ਅਲੈਕਮ ਤੁਹਾਡੇ ਆਪਣੇ ਲਾਲਾ ਜੀ ਯਾਸਰ ਭੱਟੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਨੇ ਵਿਵਰਸ ਅੱਜ ਸਾਡੇ ਇੱਕ ਦੋਸਤ ਤੇ ਕਲਾਸ ਫੈਲੋ ਵੀ ਹੈ ਸਾਡਾ ਲੰਗੋਟੀ ਹੈ ਉਹਦੀ ਸ਼ਾਦੀ ਹੈ ਤੇ ਅਸੀਂ ਜਾ ਰਹੇ ਹਾਂ ਅੱਜ ਉਹਦੀ ਮਹਿੰਦੀ ਦੇ ਉੱਤੇ ਬਹੁਤ ਅੱਛਾ ਇਨਸਾਨ ਹੈ ਉਹ ਬਹੁਤ ਪਿਆਰਾ ਦੋਸਤ ਹੈ ਤੇ ਅੱਜ ਉਹਨਾਂ ਦੀ ਮਹਿੰਦੀ ਹੈ ਤੇ ਅਸੀਂ ਜਾ ਰਹੇ ਹਾਂ ਉੱਥੇ ਵੇਖਦੇ ਹਾਂ ਸਾਰੇ ਕਲਾਸ ਫੈਲੋਆਂ ਨੇ ਇਕੱਠਾ ਹੋਣਾ ਕੀ ਉਹ ਕਰਦੇ ਨੇ ਅਤੇ ਕੀ ਨਹੀਂ ਕਰਦੇ ਉਹ ਆਇਆ ਅੱਜ ਉਹ ਚੇਂਜ ਹੋ ਗਏ ਨੇ ਕਿ ਉਹਨਾਂ ਦੀਆਂ ਇਕੱਠਿਆਂ ਹੋ ਕੇ ਉਹੀ ਪਿਛਲੇ ਮਾਮਲਾਤ ਨੇ ਅਤੇ ਅਸੀਂ ਦੁਆ ਗੋ ਹਾਂ ਜਿਨ੍ਹਾਂ ਦੀ ਸ਼ਾਦੀ ਹੈ ਉਹਨਾਂ ਵਾਸਤੇ ਅੱਲਾਹ ਤਾਲਾ ਉਹਨਾਂ ਨੂੰ ਆਪਸ ਪਿਆਰ ਸਲੂਕ ਅਤੇ ਇਤਫਾਕ ਅਤਾ ਫਰਮਾਉਣ ਅਤੇ ਇੱਕ ਦੂਜੇ ਦੀ ਮੁਹੱਬਤ ਪੈਦਾ ਫਰਮਾਉਣ ਇਹ ਸ਼ਾਦੀ ਉਹਨਾਂ ਦੋਵਾਂ ਵਾਸਤੇ ਬਾਇਸੇ ਬਰਕਤ ਹੋਵੇ ਅਤੇ ਬਾਕੀ ਉੱਥੇ ਸ਼ਾਦੀ ਦਾ ਅਹਿਵਾਲ ਵੇਖਦੇ ਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਓ ਮੇਰੇ ਨਾਲ ਸਾਡੇ ਸਾਰੇ ਕਲਾਸ ਫੈਲੋ ਸਾਡੇ ਭਾਈ ਸਾਡੇ ਦੋਸਤ ਅਤੇ ਬਾਬੇ ਹੋ ਗਏ ਨੇ ਹੁਣ ਅਤੇ ਝਾਟਿਆਂ ਨਾਲ 'ਚ ਬੈਠਣਾ ਅਤੇ ਵੇਖਦੇ ਹਾਂ ਇਹਨਾਂ ਦੀਆਂ ਸ਼ਰਾਰਤਾਂ ਖਤਮ ਹੋ ਗਈਆਂ ਨੇ ਕਿ ਹੈ ਨੇ ਜੀ ਤੁਸੀਂ ਨਾਲ ਵੇਖੀ ਦਿਓ ਇਹ ਦੁੱਲਾ ਸਾਹਿਬ ਸਾਡੇ ਤੁਹਾਡਾ ਫੋਨ ਆਇਆ ਤੇ ਆਹਦੇ ਨੇ ਬਟ ਰੱਖ ਮੇਰੇ ਨਾਲ ਪਾਉਣਾ ਜੀ ਸਾਨੂੰ
Yes.
ਹੋਇਆ ਨਹੀਂ ਹੁਣ ਪੁੱਛਿਆ ਮੈਂ جناب کیا بسم اللہ جناب